ਹੋ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ। ਆਸੀ ਪਿੰਡ ਸਾਡੇ ਆੜੀ ਆਸੀ ਕੋਲ ਖੜ੍ਹੇ ਹਾਂ ਅਤੇ ਦੇਖ ਰਹੇ ਹਾਂ ਇਸ ਟਾਈਮ ਸਮੁੰਦਰ ਦੀ ਡਾਇਰੈਕਟ ਧੀ ਹੈ ਬਈ। ਤਾਂ ਬਈ ਹੁਣ ਕੀ ਤੋਂ ਕੱਪਣੇ ਜੀ ਇਹ? ਕਾਕੀ ਦੇ ਬੱਚੇ ਤੋਂ। ਕਾਕੀ ਦੇ ਤੋਂ ਦੇਖ ਲਓ ਜੀ, ਵੇਲ ਬਾਡੀ ਘੋੜੀ ਦੀ। ਕਾਕੀ ਦੇ ਬੱਚੇ ਦਾ ਨਾਂ ਜੀ ਚੇਤੇ ਨੇ ਕੀ? ਅੱਛਾ, ਚਲੋ ਨਾਂ ਚੇਤੇ ਨਹੀਂ, ਪਰ ਉੱਦਾਂ ਬਈ ਘੋੜੀ ਪਾਲੀ ਬਾਬਾ ਜੀ, ਉੱਚੀ ਲੰਮੀ ਤਕੜੀ, ਹੈਂ ਪਿੱਠ ਪੂਰਾ ਬਹੁਤ ਲੱਗਿਆ। ਬੱਚਿਆਂ ਲਈ ਤਾਂ ਬਹੁਤ ਚੰਗੀ ਘੋੜੀ ਹੈ, ਹੈਂ। ਕਿੰਨੀ ਕੁ ਉਮਰ ਹੋ ਗਈ ਬਾਬਾ ਜੀ ਇਹਦੀ? ਤੀਜੇ ਸੂ ਹੈ ਵੀ ਕੁਛ ਵੀ ਨਹੀਂ, ਫਿਰ ਤਾਂ ਜਵਾਨ ਘੋੜੀ ਆ। ਕਿੰਨਾ ਟਾਈਮ ਰਹਿ ਗਿਆ ਬਾਬਾ ਜੀ ਨੂੰ ਸੂਣ ਨੂੰ? ਮਹੀਨਾ ਹੈ। ਪਰ ਬਈ ਸਮੁੰਦਰ ਦੀਆਂ ਬੱਚੀਆਂ ਦੀ ਬਹੁਤ ਵੈਲਿਊ ਆ। ਆਸਟ੍ਰੇਲੀਅਨ ਸਮੁੰਦਰ ਸਾਰੇ ਜਾਣਦੇ ਹੋਣਗੇ, ਜਿਹੜੇ ਨੁਕਰੇ ਰੱਖਦੇ ਨੇ ਛਾਤੀ ਦੇ ਘੋੜੀ। ਖੜਨੀ ਦੇਖੋ ਘੋੜੀ ਦੀ, ਤੇ ਉਹ ਵੀ ਸਿਆਣੀ ਆ। ਬਾਬਾ ਜੀ ਹੋ ਚੌਂਟ, ਚੌਂਟ ਪਲੱਸ ਹੋ, ਪੂਰੀ ਚੌਂਟ, ਐਨ ਵਾਟਰ ਸਕੇਲ ਵਾਲਾ ਹੈ। ਅਤੇ ਸਮੁੰਦਰ ਦੀਆਂ ਬਈ ਬੱਚੀਆਂ ਤੁਸੀਂ ਆਪ ਸੋਚ ਕੇ ਦੇਖ ਲਓ, ਐਡੇ ਘੋੜੇ ਦੀਆਂ ਕਿਸ ਵੈਲਿਊ ਦੀਆਂ ਹੋਣਗੀਆਂ। ਅਨਮੋਲ ਅਨਮੋਲ ਬੱਚੀ ਆ, ਮਤਲਬ ਕਿ ਘੋੜੀ ਆ ਬਈ ਇਹ, ਠੀਕ ਆ। ਜਮਾਂ ਹੀ ਐਨ ਲਓ ਬਾਬੇ ਨੁਕਰੇ ਸ਼ਕੀਨ ਵੀਰਾਂ ਨੂੰ ਇੱਕ ਕੱਪਣ ਸ਼ਾਨਦਾਰ ਘੋੜੀ। ਚੌਂਟ ਆ ਦੇਖੀ ਉਹਨੂੰ, ਮੇਰੇ ਸ਼ੋਲਡਰ ਤੋਂ ਕਿੱਥੇ ਜਾ ਪਏ ਬਈ ਨਜ਼ਾਰਾ।